ਉਹ ਵੀ ਮਿੱਤਰੋ ਇੱਕ ਬੜੇ ਕੰਮ ਦੀ ਗੱਲ ਤੁਹਾਨੂੰ ਦੱਸਣ ਲੱਗਿਆ ਮੈਂ ਤੁਹਾਡਾ ਆਪਣਾ ਬਿੰਦਰ ਢੀਂਡਸਾ। ਜਿਵੇਂ ਕਿ ਅੱਜ ਕੱਲ੍ਹ ਗਰਮੀ ਪੈ ਰਹੀ ਹੈ, ਬੂਟੇ ਲਾਉਣ ਦਾ ਰੁਝਾਨ ਪੰਜਾਬ ਦੇ ਵਿੱਚ ਬਹੁਤ ਚੰਗਾ ਚੱਲਿਆ ਹੈ, ਲੇਕਿਨ ਬੂਟੇ ਅਗਰ ਆਪਾਂ ਪ੍ਰਾਈਵੇਟ ਨਰਸਰੀ ਤੋਂ ਖਰੀਦਦੇ ਹਾਂ ਤਾਂ ਬਾਹਲੇ ਮਹਿੰਗੇ ਪੈਂਦੇ ਨੇ, 200-250 ਤੱਕ ਕਈ ਕਿਸਮਾਂ ਦੇ ਬੂਟੇ ਨੇ ਜਿਹੜੇ ਉਹ ਚਲੇ ਜਾਂਦੇ ਨੇ। ਤਾਂ ਤੁਹਾਨੂੰ ਅਸੀਂ ਦੱਸਾਂਗੇ ਕਿ ਇਹ ਬੂਟੇ ਤੁਸੀਂ 30 ਰੁਪਏ ਦੇ ਵਿੱਚ ਕਿਵੇਂ ਖਰੀਦ ਸਕਦੇ ਹੋ। ਅੱਜ ਮੈਂ ਬੂਟੇ ਖਰੀਦ ਕੇ ਲਿਆਇਆ, ਦੇਖ ਸਕਦੇ ਹੋ ਕਿ ਮੇਰੇ ਕੋਲ ਇੱਥੇ 10 ਬੂਟੇ ਪਏ ਨੇ। ਇਹ 10 ਬੂਟੇ ਮੈਂ ਖਰੀਦੇ ਨੇ ਸਿਰਫ 300 ਰੁਪਏ ਦੇ। ਤਾਂ ਇਹਨਾਂ ਦੇ ਵਿੱਚ ਪਪੀਤੇ ਦਾ ਬੂਟਾ ਏ, ਇਹਨਾਂ ਦੇ ਵਿੱਚ ਟਾਲੀ ਦਾ ਬੂਟਾ ਏ, ਅੰਬ ਦੇ 2 ਬੂਟੇ ਨੇ, 2 ਬੂਟੇ ਅਮਰੂਦ ਦੇ ਨੇ, ਇੱਕ ਹੋਰ ਬੂਟਾ ਜਿਹੜਾ ਉਹ ਟਾਲੀ ਦਾ ਏ, ਇਸ ਦੇ ਨਾਲ ਹੀ ਇੱਕ ਬੂਟਾ ਜਿਹੜਾ ਉਹ ਨਿੰਮ ਦਾ ਵੀ ਹੈ, ਇੱਕ ਬੂਟਾ ਨਿੰਬੂਆਂ ਦਾ ਵੀ ਹੈ, ਅਤੇ ਕਿ ਹੋਰ ਕਿਸਮ ਦਾ ਬੂਟਾ ਏ। ਇਹ ਸਾਰੇ ਬੂਟੇ ਮੈਂ 300 ਰੁਪਏ ਵਿੱਚ ਖਰੀਦੇ ਨੇ। ਯਾਨੀ ਕਿ ਜਿਹੜਾ ਅੰਬ ਬਾਹਰ, ਇਹ ਅੰਬ ਦਾ ਬੂਟਾ ਜਿਹੜਾ 200-250 ਰੁਪਏ ਤੱਕ ਮਿਲਦਾ ਏ, ਲੇਕਿਨ ਸਰਕਾਰੀ ਨਰਸਰੀ ਦੇ ਵਿੱਚੋਂ ਇਹ ਬੂਟਾ ਸਿਰਫ 30 ਰੁਪਏ ਦਾ ਖਰੀਦਿਆ ਏ। ਤੁਸੀਂ ਦੇਖ ਸਕਦੇ ਹੋ ਪਪੀਤੇ ਦਾ ਬੂਟਾ ਏ, ਪਪੀਤਾ ਵੈਸੇ ਤਾਂ 50 ਰੁਪਏ ਕਿਲੋ ਮਿਲਦਾ ਏ ਬਾਜ਼ਾਰ ਦੇ ਵਿੱਚ ਅੱਜ ਕੱਲ੍ਹ, ਅਤੇ ਇਹ ਬੂਟਾ 30 ਰੁਪਏ ਦਾ ਮਿਲਦਾ ਆਪਾਂ ਨੂੰ। ਅਗਰ ਆਪਣੇ ਕੋਲ ਜਗ੍ਹਾ ਏ ਤਾਂ ਆਪਾਂ ਪਪੀਤਾ ਲਾ ਸਕਦੇ ਹਾਂ। ਟਾਲੀ, ਤੁਹਾਨੂੰ ਪਤਾ ਏ ਕਿ ਟਾਲੀ ਦੀ ਛਾਂ ਏ ਜਿਹੜੀ ਉਹ ਕਾਫੀ ਜ਼ਿਆਦਾ ਸੰਘਣੀ ਹੁੰਦੀ ਹੈ, ਸਾਡੇ ਇੱਥੇ ਘਰ ਦੇ ਵਿੱਚ ਲੱਗੀ ਹੋਈ ਸੀ, ਲੇਕਿਨ ਫਿਰ ਉਹ ਸੁੱਕ ਗਈ, ਉਹਦੀ ਜਗ੍ਹਾ ਡਕੈਣ ਲਾਈ ਸੀ। ਅਤੇ ਇਸੇ ਤਰ੍ਹਾਂ ਇਹ ਦੇਖੋ, ਇਹ ਅੰਬ ਦਾ ਬੂਟਾ ਹੋਰ ਹੈ, 2 ਅਮਰੂਦਾਂ ਦੇ ਬੂਟੇ ਨੇ, ਪ੍ਰਾਈਵੇਟ ਲਿਆਉਂਦੇ ਸੀ ਮੈਂ ਬੂਟੇ 130 ਰੁਪਏ ਦਾ ਅਤੇ 50 ਰੁਪਏ ਦਾ, ਲੇਕਿਨ ਸਰਕਾਰੀ ਨਰਸਰੀ 'ਚੋਂ ਇਹ ਬੂਟੇ ਸਿਰਫ 30-30 ਰੁਪਏ ਨੂੰ ਲੈ ਕੇ ਆਇਆ। ਇਸ ਦੇ ਨਾਲ ਹੀ ਟਾਲੀ ਦਾ ਹੋਰ ਬੂਟਾ ਏ, ਇੱਕ ਬੂਟਾ ਅੰਬ ਦਾ ਹੋਰ ਹੈ, ਨਿੰਮ ਬਹੁਤ ਜ਼ਰੂਰੀ ਹੁੰਦੀ ਹੈ, ਬਹੁਤ ਗੁਣ ਹੁੰਦੇ ਨੇ, ਤਾਂ ਇਹ ਬੂਟਾ ਵੀ ਲਿਆਂਦਾ ਏ। ਇੱਕ ਬੂਟਾ ਨਿੰਬੂਆਂ ਦਾ ਵੀ ਲਿਆਂਦਾ ਏ, ਇਸ ਦੇ ਨਾਲ ਹੀ ਇਹ ਇੱਕ ਹੋਰ ਕਿਸਮ ਉਹਨਾਂ ਨੇ ਦੱਸੀ ਆ, ਮੈਨੂੰ ਇਹਦਾ ਨਾਮ ਭੁੱਲ ਗਿਆ, ਇਹਦੇ ਬਾਰੇ ਵੀ ਮੈਂ ਤੁਹਾਨੂੰ ਜਾਣਕਾਰੀ ਦਊਂਗਾ। ਬੂਟੇ ਆਪਾਂ ਪਹਿਲੇ ਲਾਏ ਸੀ ਉਹ ਦਿਖਾਉਂਦੇ ਹਾਂ, ਦੇਖੋ ਇਹ ਨਿੰਬੂਆਂ ਦਾ ਬੂਟਾ ਲੱਗਿਆ ਹੋਇਆ ਏ, ਆਹ ਗੁਲਾਬ ਦਾ ਫੁੱਲ ਲੱਗਿਆ ਹੋਇਆ ਏ, ਇਹ 130 ਰੁਪਏ ਵਾਲਾ ਅਮਰੂਦ ਆ, ਇਹਦੇ ਨਾਲ ਦਾ ਮੈਂ 30 ਲੈ ਕੇ ਆਇਆ। ਯਾਨੀ ਕਿ ਇੰਨੇ ਪੈਸਿਆਂ 'ਚ ਮੈਂ 4 ਬੂਟੇ ਲਿਆ ਸਕਦਾ ਸੀ, 10 ਰੁਪਏ ਫੇਰ ਵੱਧਦੇ ਸੀ। ਅਤੇ ਇੱਕ ਇੱਥੇ ਆ ਦੇਖੋ, ਆਹ ਡੇਕ ਦਾ ਬੂਟਾ ਇੱਕ ਹੋਰ ਹੈ, ਉਸ ਤੋਂ ਬਾਅਦ ਇੱਕ ਇਹ ਗੁਲਾਬ ਦਾ ਫੁੱਲ ਲਾਇਆ ਸੀ, ਇਹ ਵੀ ਆਈ ਥਿੰਕ 50-30 ਇੱਦਾਂ ਦੇ ਕੁਛ ਕੋਸਟ ਪਈ ਸੀ। ਅਤੇ ਇੱਕ ਇਹ ਦੇਖੋ ਆਪਾਂ, ਇਹ ਜਿਹੜਾ ਬਾਹਰੋਂ 50 ਰੁਪਏ ਦਾ ਅਮਰੂਦ ਦਾ ਬੂਟਾ ਮਿਲਿਆ ਸੀ ਉਹ ਲਗਾਇਆ ਸੀ, ਇਸ ਦੇ ਨਾਲ ਹੀ ਇੱਕ ਜਾਮਣ ਦਾ ਬੂਟਾ ਜਿਹੜਾ ਉਹ ਵੀ ਲਗਾਇਆ ਏ। ਇੱਕ ਡੇਕ ਦਾ ਬੂਟਾ ਇੱਥੇ ਲਾਇਆ ਸੀ, ਲੇਕਿਨ ਉਹ ਇੱਥੇ ਕੁੱਤਿਆਂ ਨੇ ਪੜਤਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ। ਉਹ ਸਾਰੇ ਲੋਕਾਂ ਨੂੰ ਮੇਰੀ ਇਹੀ ਅਪੀਲ ਆ ਕਿ ਅਗਰ ਤੁਹਾਡੇ ਕੋਲ ਜਗ੍ਹਾ ਹੈਗੀ ਆ ਜਾਂ ਤੁਹਾਨੂੰ ਸ਼ੌਂਕ ਆ ਇਹ ਚੀਜ਼ ਦਾ, ਤਾਂ ਤੁਹਾਨੂੰ ਬੂਟੇ ਜ਼ਰੂਰ ਲਾਉਣੇ ਚਾਹੀਦੇ ਨੇ। ਇੱਕ ਸੀਗੀ ਤੁਹਾਡੀ, ਉਹ ਵੀ ਗੱਲ ਕਲੀਅਰ ਕਰਦਾ ਕਿ ਆਧਾਰ ਕਾਰਡ ਦੇ ਉੱਤੇ 15 ਬੂਟੇ ਮਿਲਣ ਦੀ ਇੱਕ ਚੱਲੀ ਸੀ ਸਕੀਮ, ਉਹ ਹੁਣ ਬੰਦ ਹੋ ਚੁੱਕੀ ਹੈ। ਤਾਂ ਆਧਾਰ ਕਾਰਡ 'ਤੇ ਆਪਾਂ ਨੂੰ ਹੁਣ ਬੂਟੇ ਨੇ ਜਿਹੜੇ ਉਹ ਨਹੀਂ ਮਿਲਣਗੇ, ਲੇਕਿਨ ਤੁਸੀਂ 30 ਰੁਪਏ ਦੇ ਵਿੱਚ ਇੱਕ ਬੂਟਾ ਖਰੀਦ ਸਕਦੇ ਹੋ। ਵੈਸੇ ਵੀ ਅਗਰ ਕੋਈ ਕਿਸੇ ਚੀਜ਼ ਦੀ ਆਪਾਂ ਕੀਮਤ ਉਤਾਰਦੇ ਹਾਂ ਤਾਂ ਆਪਾਂ ਕੁਦਰਤੀ ਆ ਜਾਂਦਾ ਕਿ ਆਪਾਂ ਉਹ ਚੀਜ਼ ਆ ਜਿਹੜੀ ਉਹ ਸੰਭਾਲ ਸਕਦੇ ਹਾਂ, ਹੈ ਨਾ। ਕਈ ਵਾਰ ਇੱਦਾਂ ਹੁੰਦਾ ਕਿ ਲੋਕ ਆਧਾਰ ਕਾਰਡ 'ਤੇ ਬੂਟੇ ਲਿਆਉਂਦੇ ਸੀ, ਉਹ ਪਏ ਰਹਿੰਦੇ ਸੀ, ਸੋ ਹੁਣ ਇਹ ਚੀਜ਼ ਬੰਦ ਹੋ ਗਈ ਹੈ। ਦੇਖਦੇ ਹਾਂ ਸਰਕਾਰ ਨੂੰ ਵੈਸੇ ਉਪਰਾਲਾ ਤਾਂ ਕਰਨਾ ਚਾਹੀਦਾ ਕਿਸੇ ਤਰ੍ਹਾਂ ਵੀ 5 ਬੂਟੇ ਦੇ ਦੇਣ ਚਾਹੇ, ਕਿਉਂਕਿ ਬੰਦੇ ਦੇ ਮਨ 'ਚ ਹੁੰਦਾ ਵੀ ਇੰਨੇ ਕੁ ਮੈਂ ਮੁੱਲ ਲੈ ਲੂੰਗਾ, ਇੰਨੇ ਕੁ ਚੱਲ ਹੋਰ ਜੇ ਐਕਸਟਰਾ ਮਿਲਦੇ ਨੇ ਤਾਂ ਉਹ ਵੀ ਕਿਤੇ ਲੱਗ ਜਾਣਗੇ, ਤਾਂ ਕਿਸੇ ਨਾ ਕਿਸੇ ਲੇਖੇ ਲੱਗਦੇ ਜ਼ਰੂਰ ਨੇ। ਤੋ ਆਪਾਂ ਆਪਣਾ ਫਰਜ਼ ਨਿਭਾਈਏ ਕਿ ਆਪਾਂ ਵੱਧ ਤੋਂ ਵੱਧ ਬੂਟੇ ਲਾਈਏ, ਅਤੇ ਦੂਜਾ ਸਰਕਾਰਾਂ ਦਾ ਫਰਜ਼ ਆ, ਉਹ ਅਦਾ ਕਰ ਰਹੇ ਨੇ, ਕਿੱਦਾਂ ਕਰ ਰਹੇ ਨੇ ਤੁਸੀਂ ਦੱਸੋ, ਤੁਹਾਨੂੰ ਕਿਵੇਂ ਲੱਗ ਰਹੀ ਹੈ ਕਾਰਗੁਜ਼ਾਰੀ। ਅਤੇ ਆਈ ਹੋਪ ਕਿ ਬੈਟਰ ਸਰਕਾਰ ਵੀ ਕਰ ਸਕਦੀ ਆ, ਬੈਟਰ ਆਪਾਂ ਵੀ ਕਰ ਸਕਦੇ ਹਾਂ। ਸੋ ਆਪਾਂ ਨੂੰ ਸਾਰਿਆਂ ਨੂੰ ਇਹ ਉਪਰਾਲਾ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ। ਇਹ ਅੱਜ ਜਿਹੜੇ ਆਪਾਂ ਇਹ ਬੂਟੇ ਲਾਏ ਨੇ, ਇਹ ਕੱਲ੍ਹ ਨੂੰ ਆਪਣੇ ਬੱਚਿਆਂ ਨੂੰ ਛਾਂ ਦੇਣਗੇ, ਆਪਣੇ ਰਿਸ਼ਤੇਦਾਰ ਜਿਹੜੇ ਆਉਣਗੇ ਉਹ ਛਾਂ ਦਾ ਆਨੰਦ ਮਾਣਨਗੇ, ਕਿਉਂਕਿ ਏਸੀਆਂ ਦੇ ਵਿੱਚ ਬਹਿ ਕੇ
ਜਾਂ ਫਿਰ ਕੂਲਰਾਂ 'ਚ ਬਹਿ ਕੇ ਉਹ ਚੀਜ਼ ਆ ਜਿਹੜੀ ਉਹ ਨਹੀਂ ਮਿਲਦੀ।